ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਅਵਤਾਰ ਸਿੰਘ ਹਿੱਤ ਦਾ ਸਨਮਾਨ ਕੀਤਾ। ਇਸ ਮੌਕੇ ਦਿੱਲੀ ਕਮੇਟੀ ਦੇ ਹੋਰ ਮੈਂਬਰ ਵੀ ਮੌਜੂਦ ਰਹੇ। ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਨੇ ਹਿੱਤ ਨੂੰ ਵਧਾਈ ਦਿੱਤੀ। ਹਿੱਤ ਨੇ ਕਿਹਾ ਕਿ ਉਹ ਸੰਗਤ ਵੱਲੋਂ ਮਿਲੀ ਇਸ ਸੇਵਾ ਨੂੰ ਤਨਦੇਹੀ ਨਾਲ ਨਿਭਾਉਣਗੇ। ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਸਾਥੀ ਔਰ ਇਸ ਵੇਲੇ ਦੇ ਤਖ਼ਤ ਪਟਨਾ ਸਾਹਿਬ ਸ਼੍ਰੀ ਹਰਿਮੰਦਰ ਪਟਨਾ ਸਾਹਿਬ ਦੇ ਬੋਰਡ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਹਿੱਤ ਸਾਹਿਬ ਦੇ ਨਵਨਿਯੁਕਤ ਪ੍ਰਧਾਨ ਹੋਣ ਦੇ ਉੱਤੇ ਅੱਜ ਅਸੀਂ ਸਾਰਿਆਂ ਨੇ ਇਹਨਾਂ ਨੂੰ ਜਿੱਥੇ ਮਿਲ ਕੇ ਸਨਮਾਨਿਤ ਕੀਤਾ ਹੈ ਉੱਥੇ ਅਸੀਂ ਅੱਜ ਸਾਰੇ ਦਿੱਲੀ ਕਮੇਟੀ ਦੇ ਮੈਂਬਰ ਮਹਿਸੂਸ ਕਰਦੇ ਹਾਂ ਕਿ ਸਾਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਦਿੱਲੀ ਦੇ ਲੋਕਾਂ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਇਹ ਬੜਾ ਵੱਡਾ ਮਾਣ ਬਖਸ਼ਿਆ ਹੈ ਕਿ ਸਾਡੇ ਸਭ ਤੋਂ ਸੀਨੀਅਰ ਆਗੂ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਬੋਰਡ ਦਾ ਪ੍ਰਧਾਨ ਦੇ ਰੂਪ ਦੇ ਅੰਦਰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਦਸਵੇਂ ਪਾਤਸ਼ਾਹ ਦਾ ਉਹ ਮਹਾਨ ਸਥਾਨ ਜਿਸ ਦੀ ਸੇਵਾ ਨੂੰ ਦੁਨੀਆ ਦਾ ਹਰ ਇਨਸਾਨ ਲੋਚਦਾ ਹੈ ਉਹ ਸੇਵਾ ਹਿੱਤ ਸਾਹਿਬ ਦੀ ਝੋਲੀ ਪਾਈ ਆ। ਮੈਂ ਜਿੱਥੇ ਗੁਰੂ ਸਾਹਿਬ ਦਾ ਕੋਟਾਨਕੋਟ ਧੰਨਵਾਦ ਕਰਦੇ ਹਾਂ, ਉਹਨਾਂ ਨੇ ਇਹ ਮਹਾਨ ਸੇਵਾ ਦੇ ਲਾਇਕ ਜਥੇਦਾਰ ਅਵਤਾਰ ਸਿੰਘ ਨੂੰ ਬਣਾਇਆ ਔਰ ਫਿਰ ਉਹ ਸੇਵਾ ਦਿੱਤੀ। ਉੱਥੇ ਹੀ ਅਸੀਂ ਆਪਣੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦੇ ਹਾਂ, ਸਾਰੇ ਪਟਨਾ ਬੋਰਡ ਦੇ ਮੈਂਬਰ ਸਾਹਿਬਾਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕਜੁੱਟ ਹੋ ਕੇ ਯੂਨੈਨੀਮਸਲੀ ਜਥੇਦਾਰ ਅਵਤਾਰ ਸਿੰਘ ਹਿੱਤ ਸਾਹਿਬ ਨੂੰ ਇਹ ਮਾਣ ਬਖਸ਼ਿਆ ਹੈ। ਸਾਰੇ ਮੈਂਬਰਾਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ 'ਚੋਂ ਉਹਨਾਂ ਦਾ ਮੈਂ ਸਤਿਕਾਰ ਕਰਦਾ। ਸਰਸਾ ਜੀ ਨੇ ਸਨਮਾਨ ਵੀ ਕੀਤਾ ਅਤੇ ਉੱਥੇ ਬਣਾਉਣ ਵਾਸਤੇ ਵੀ ਪੂਰਾ ਜ਼ੋਰ ਲਾਇਆ, ਲੇਕਿਨ ਉਹਦੇ ਬਾਵਜੂਦ ਵੀ ਇਹਨਾਂ ਨੇ ਇੱਥੇ ਆ ਕੇ ਆਪਣਾ, ਮੈਂ ਸਮਝਦਾ ਇਹ ਪਾਰਟੀ ਵੱਲੋਂ ਇੱਕ ਫਰਜ਼ ਸਮਝਿਆ, ਕਿਉਂਕਿ ਮਾਣ ਸਨਮਾਨ ਦੇਣਾ ਆਪਣੇ ਬੰਦੇ ਦਿੰਦੇ, ਬਾਹਰਲੇ ਨਹੀਂ ਦਿੰਦੇ ਹੁੰਦੇ। ਅਤੇ ਮੇਰੇ ਸਾਰੇ ਮੈਂਬਰ ਜਿੰਨੇ ਇੱਥੇ ਆਏ ਆ, ਜਿੰਨੇ ਵੀ ਦੂਰੋਂ ਸਾਰੇ ਮੈਂਬਰ ਜਿਹਨੇ ਗੁਰਦੁਆਰਾ ਕਮੇਟੀ ਦੇ, ਮੈਂ ਹੁਣ ਨਾਂ ਨਹੀਂ ਸਾਰੇ ਲੈ ਸਕਦਾ, ਲੇਕਿਨ ਇਹਨਾਂ ਸਾਰਿਆਂ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰਾ ਬੜਾ ਸਨਮਾਨ ਕੀਤਾ। ਔਰ ਜਿਹੜੀ ਇਹਨਾਂ ਨੇ ਆਸ਼ਾ ਮੇਰੇ 'ਤੇ ਰੱਖੀ ਆ ਉਹ ਪੂਰੀ ਹੋਏਗੀ। ਜਿਹੜੀਆਂ ਸੇਵਾਵਾਂ ਉੱਥੇ ਪਿੰਡ ਪਈਆਂ ਰਹਿੰਦੀਆਂ ਉਹਨਾਂ ਨੂੰ ਪੂਰਾ ਕਰਨ ਵਾਸਤੇ ਮੈਂ ਕਿਸੇ ਕਿਸੇ ਦੀ ਕੋਈ ਕਸਰ ਨਹੀਂ ਛੱਡਾਂਗਾ।